ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਇੱਕ 2023 ਦੀ ਵੀ ਕੰਟਰੋਵਰਸੀ ਜਿਹੜੀ ਕਿ ਸਿੰਗਰਾਂ ਦੀ ਕੰਟਰੋਵਰਸੀ ਹੁੰਦੀ ਹੈ ਉਹ ਪਹਿਲੀ ਕੰਟਰੋਵਰਸੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਕੰਟਰੋਵਰਸੀ ਨਹੀਂ ਸੀ ਸ਼ੁਰੂ ਹੋਈ ਹਜੇ 2023 ਦੇ ਵਿੱਚ ਜੋ 20 ਦਿਨ ਲੰਘ ਕੇ ਹਟੇ ਨੇ ਤੇ ਉੱਥੇ ਇੱਕ ਪਹਿਲੀ ਕੰਟਰੋਵਰਸੀ ਸ਼ੁਰੂ ਹੋਈ ਹੈ ਕਿ ਜਿਸ ਦੇ ਵਿੱਚ ਜੌਨੀ ਜੋਹਲ ਨੇ ਸਿੱਧੇ ਮੱਥੇ ਰਿਪਲਾਈ ਕੀਤਾ ਕਿ ਅਰਜਨਟੇਲੋ ਨੂੰ ਇਹ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਇਸ ਰਿਪਲਾਈ ਦੇ ਵਿੱਚ ਪਹਿਲਾਂ ਤੁਸੀਂ ਛੋਟੀ ਜਿਹੀ ਵੀਡੀਓ ਦੇਖੋ ਅੱਜ ਬੜੇ ਗਾਣੇ ਕੱਢਦੇ ਨੇ ਜੀ ਸਾਡੇ ਤੋਂ ਉੱਤੇ ਕੌਣ ਆ ਬਈ 25-25-50 कोई सातों उत्ते दिखा खोतों उत्ते सिद्धू मूसे वाला सी है हमेशा रहूंगा ओ यार ओदे गाने छोड़ी करके बाई बाई वर्गे तुसी अपने आप नूं कहिंदे 25-25-50 कोई साडे तों उत्ते दिखा थोड़ा बाप सिद्धू मूसे वाला अज कल सी अज ਹਾਂਜੀ ਤੁਸੀਂ ਵੀਡੀਓ ਲਈ ਹੁਣੇ ਦੇਖਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰਿਓ ਪਰ ਇਸ ਬਾਰੇ ਅਰਜਨਟੇਲੋ ਨੇ ਹਜੇ ਤੱਕ ਕੋਈ ਰਿਪਲਾਈ ਨਹੀਂ ਕੀਤਾ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਤੇ ਇਸ ਤੋਂ ਬਾਅਦ ਇੱਕ ਮੁੰਡੇ ਨੇ ਕੀ ਬੋਲਿਆ ਹੈਗਾ ਜੌਨੀ ਜੋਹਲ ਬਾਰੇ ਤੁਸੀਂ ਉਹ ਵੀ ਅੱਗੇ ਸਾਰੀ ਵੀਡੀਓ ਜ਼ਰੂਰ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਦੇ ਕੇ ਆਇਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਨਵੀਆਂ ਅਪਡੇਟਸ ਲਈ ਦੇ ਦਿਓ ਇਹਨੂੰ ਵੀ ਫੇਮ ਵਿਚਾਰੀ 5-7 ਸਾਲ ਹੋ ਗਏ ਕੋਮਾ 'ਚ ਪਈ ਸੀਗੀ ਹੁਣ ਮਸੀਂ ਉੱਠੀ ਆ ਉਹ ਜਿਹੜੇ ਮਰੇ ਹੋਏ ਬੰਦੇ ਦੀ ਚਿਤਾ ਪਰ ਚੜ ਕੇ ਇੱਕ ਦੋ ਗਾਣੇ ਚਲਾ ਲੇ ਹੁਣ ਚਾਪੜ ਗਏ ਮਨ ਤਾਂ ਕਈ ਵਾਰ ਹੈਰਾਨੀ ਆਉਂਦੀ ਯਾਰ ਇਹੋ ਜਿਹੇ ਬੰਦਿਆਂ ਪਰ ਬਈ ਦੱਸ ਉਹਨੇ ਕੀ ਵਿਗਾੜਿਆ ਤੇਰਾ ਜਿਹੜਾ ਤੂੰ ਲੱਗੀ ਹੋਈ ਹੈ ਮਾੜਾ ਬੋਲਣ ਵਿਚਾਰੇ ਤੁਸੀਂ ਕੰਮ ਕਰਨਾ ਯਾਰ ਚੁੱਪ ਚਾਪ ਕਰੀ ਚੱਲੋ ਕਿਉਂ ਤੁਸੀਂ ਜਿੰਗ ਫਸਾਈ ਜਾਂਦੇ ਕਿਸੇ ਨਾਲ ਉਹ ਮਾਤੜ ਨੂੰ ਕਿਸੇ ਨੂੰ ਕਹਿੰਦਾ ਤਾਂ ਹੈ ਨਹੀਂ ਕੋਈ ਕਦੇ ਕੋਈ ਆ ਜਾਂਦਾ ਕਦੇ ਕੋਈ ਹਰੇਕ ਚੜੀ ਜਾਂਦਾ ਉਹਦੇ ਪਰ ਜਾ ਕੇ ਜਾ ਕੋ ਬੋਲਦਾ ਦਰਦ ਹੈ ਸਿੱਧੂ ਮੂਸੇ ਵਾਲੇ ਦਾ ਜਸਟਿਸ ਫਾਰ ਜਿੱਤੂ ਨਹੀਂ ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਬਈ ਹੁਣ ਤੁਹਾਡਾ ਕੋਈ ਯਾਰ ਭਰਾ ਮਰ ਜਾਵੇ ਹਨਾ ਜਿਹਨੂੰ ਤੁਸੀਂ ਬਣਾਇਆ ਹੋਵੇ ਤੇ ਉਹ ਮਰ ਜਾਵੇ ਤੁਸੀਂ ਹੁਣ ਸ਼ੋਅ ਲਾਉਂਦੇ ਫਿਰੋਗੇ ਸਟੇਜਾਂ ਪਰ ਤੁਸੀਂ ਮਲਾਈ ਇਕੱਠੀ ਕਰਨ ਲੱਗੇ ਹੋ ਸ਼ੋਅ ਲਾਉਣ ਲੱਗੇ ਹੋ ਸ਼ਾਮ ਨੂੰ ਹੈ ਜੀ ਜਸਟਿਸ ਫਾਰ ਜਿੱਤੂ ਜਸਟਿਸ ਬੋਲ ਇਹ ਥੋੜੀ ਗੱਲਾਂ ਹੁੰਦੀਆਂ ਜਸਟਿਸ ਮੰਗਣੀ ਆ ਨਾ ਜਿਹਨੂੰ ਜ਼ਿਆਦਾ ਦਰਦ ਆ ਜਾ ਕੇ ਭੰਤ ਦੇ ਘਰ ਦੇ ਬਾਹਰ ਤੰਬੂ ਗੱਡ ਕੇ ਬਹਿ ਜਾਓ ਜਦੋਂ ਖੇਤੀ ਕਾਨੂੰਨ ਨਾਲ ਬੈਠੇ ਸੀਗੇ ਠੀਕ ਆ ਉਹ ਵਿਚਾਰਾ ਕੱਲਾ ਘੁੰਮਦਾ ਫਿਰਦਾ ਇਹਨੂੰ ਦਰਦ ਆ ਕਦੇ ਕਿਤੇ ਦਰਦਾਰ ਘੁੰਮਦਾ ਕਦੇ ਕਿਤੇ ਉਹਦੇ ਨਾਲ ਤਾਂ ਕਦੇ ਕੋਈ ਖੜਾ ਦੇਖਿਆ ਨਹੀਂ ਹੈਗਾ ਇੰਨੇ ਡਰਾਮੇ ਕਰਨੇ ਛੱਡ ਦੋ ਲੋਕਾਂ ਮੂਹਰੇ ਠੀਕ ਹੈ ਰੀਅਲ ਬਣੋ ਮਾੜਾ ਜ਼ਿੰਦਗੀ ਦੇ ਵਿੱਚ ਅਰਜਨ ਬਾਈ ਨੂੰ ਬੇਨਤੀ ਆ ਬਾਈ ਦੇ ਦੇ ਯਾਰ ਫੇਮ ਇਹਨਾਂ ਨੂੰ ਹੋਰ ਕੀ ਆ ਇੱਕ ਦਾ ਗਾਣਾ ਖੁਸ਼ ਕਰਦੇ ਬੱਚਿਆਂ ਨੂੰ ਐਵੇਂ ਕਾਹਨੂੰ ਤਰਸਾਈ ਜਾਂਦਾ ਇਹਨਾਂ ਨੂੰ